ਫਤੇਵੀਰ ਦੀ ਮੌਤ ਦੇ ਮਗਰੋਂ ਪੂਰਾ ਪੰਜਾਬ ਸੋਗ ਦੇ ਵਿੱਚ ਹੈ ਫਤੇਵੀਰ ਚਾਹੇ ਭਗਵਾਨਪੁਰੇ ਦੇ ਉਸ ਕਿਸਾਨ ਦਾ ਪੁੱਤ ਸੀ ਪਰ ਪੂਰਾ ਪੰਜਾਬ 6 ਦਿਨਾਂ ਤੋਂ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਅਰਦਾਸਾਂ ਕਰ ਰਹੇ ਸੀਗੇ ਪੂਰੇ ਮੁਲਕ ਦੇ ਵਿੱਚ ਅਰਦਾਸਾ ਹੋ ਰਹੀਆਂ ਸੀ ਸਵਾਲ ਕੈਪਟਨ ਸਰਕਾਰ ਤੇ ਖੜੇ ਹੋ ਰਹੇ ਸੀ ਕਾਰਗੁਜ਼ਾਰੀ ਕੈਸੀ ਰਹੀ ਕਿਉਂ ਦੇਰੀ ਹੋਈ ਡੀਸੀ ਦੇ ਐਨਡੀਆਰਐਫ ਤੇ ਸਵਾਲ ਹੋਏ ਤੇ ਕੈਪਟਨ ਸਾਹਿਬ ਸਿਰਫ ਇੱਕ ਵਾਰ ਟਵੀਟ ਕਰਦੇ ਐ ਕੈਪਟਨ ਸਾਹਿਬ ਕਹਿੰਦੇ ਆ ਕਿ ਫਤੇਵੀਰ ਜਲਦ ਬਾਹਰ ਆ ਜੇ ਔਰ ਹੁਣ ਜਿਹੜਾ ਟਵੀਟ ਆਇਆ ਕੈਪਟਨ ਸਾਹਿਬ ਦਾ ਉਹ ਵੀ ਤੁਹਾਨੂੰ ਪਰੇਸ਼ਾਨ ਕਰੂਗਾ ਮੁੱਖ ਮੰਤਰੀ ਟਵੀਟ ਕਰਦੇ ਆ ਕਿ ਫਤੇਵੀਰ ਦੀ ਮੌਤ ਹੋਈ ਹੈ ਬਹੁਤ ਦੁੱਖ ਦੀ ਗੱਲ ਹੈ ਬਹੁਤ ਅਸਹਿ ਹੈ ਖਬਰ ਵਾਇਗਰੂ ਪਰਿਵਾਰ ਨੂੰ ਹੌਸਲਾ ਰੱਖਣ ਦਾ ਬਲ ਬਖਸ਼ੇ ਅਗਲੀ ਗੱਲ ਮੁੱਖ ਮੰਤਰੀ ਲਿਖਦੇ ਆ ਕਿ ਸਾਰੇ ਡੀਸੀ ਅਫਸਰਾਂ ਤੋਂ ਸੂਬੇ ਦੇ ਵਿੱਚ ਖੁੱਲੇ ਬੋਰਵੈਲਾ ਦੀ ਰਿਪੋਰਟ ਮੰਗੀ ਹੈ ਤਾਂ ਜੋ ਐਸਾ ਦਰਦਨਾਕ ਹਾਦਸਾ ਦੁਬਾਰਾ ਨਾ ਵਾਪਰੇ ਇਹਨਾਂ ਤੋਂ ਬਚਾ ਕੀਤਾ ਜਾ ਸਕੇ ਅਫਸੋਸ ਇਹ ਰਿਪੋਰਟ ਮੁੱਖ ਮੰਤਰੀ ਸਾਹਿਬ ਉਹਦੋਂ ਮੰਗਦੇ ਆ ਜਦੋਂ ਫਤੇਵੀਰ ਇਸ ਸੰਸਾਰ ਚੋਂ ਹਮੇਸ਼ਾ ਲਈ ਅਲਵਿਦਾ ਕਹਿ ਜਾਂਦਾ ਹੈ ਫਤੇਵੀਰ ਨੂੰ ਨਹੀਂ ਬਚਾਇਆ ਜਾ ਸਕਦਾ ਔਰ ਮੁੱਖ ਮੰਤਰੀ ਟਵੀਟ ਕਰਦੇ ਨੇ ਉਹ ਕਹਿੰਦੇ ਆ ਕਿ ਦੁੱਖ ਹੈ ਅਸਹਿ ਹੈ ਫਤੇਵੀਰ ਦੀ ਮੌਤ ਤੇ ਇਹ ਖਬਰ ਬਹੁਤ ਦੁਖਦਾਈ ਹੈ ਪਰਿਵਾਰ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਨਾਲ ਹੀ ਉਹ ਕਹਿੰਦੇ ਆ ਕਿ ਸਾਰੇ ਡੀਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਬੋਰਵੈਲਾਂ ਦੀ ਰਿਪੋਰਟ ਦਿੱਤੀ ਜਾਵੇ ਕੋਈ ਖੁੱਲਾ ਬੋਰਵੈਲ ਨਾ ਹੋਵੇ ਔਰ ਇਹ ਉਦੋਂ ਹੁੰਦਾ ਸਭ ਕੁਝ ਜਦੋਂ 2 ਸਾਲ ਦੀ ਉਹ ਨੰਨੀ ਜਾਨ ਸਾਡੇ ਤੋਂ ਹਮੇਸ਼ਾ ਦੇ ਲਈ ਦੂਰ ਚਲੀ ਜਾਂਦੀ ਹੈ ਜੋ ਅਰਦਾਸਾਂ ਅਸੀਂ ਕੀਤੀਆਂ ਜੋ ਪੂਰੇ ਪੰਜਾਬ ਔਰ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੇ ਪਲ-ਪਲ ਇਹ ਦੁਆ ਕੀਤੀ ਕਿ ਫਤਿਹਵੀਰ ਜਲਦ ਬਾਹਰ ਆਵੇ ਇੱਕ-ਇੱਕ ਸੈਕਿੰਡ ਅਸੀਂ ਉਡੀਕ ਕਰਦੇ ਰਹੇ ਸਾਡੀ ਨਿਗਾ ਉਸ ਬੋਰਵੈਲ ਤੇ ਟਿੱਕੀ ਰਹੀ ਅਸੀਂ ਐਨਡੀਆਰਐਫ ਦੀਆਂ ਉਹ ਲਾਲ ਵਰਦੀਆਂ ਤੇ ਡੇਰੇ ਵਾਲੇ ਦੀਆਂ ਉਹ ਵਰਦੀਆਂ ਦੇ ਵੱਲ ਨਿਗਾ ਟਿਕਾਈ ਬੈਠੇ ਪਲ-ਪਲੇ ਦੇਖਦੇ ਰਹੇ ਕਿ ਸ਼ਾਇਦ ਹੁਣ ਬਾਹਰ ਆਊਗਾ ਹੁਣ ਬਾਹਰ ਆਊਗਾ ਜਿਹੜਾ ਪੈਰਲਲ ਬੋਰ ਕੀਤਾ ਗਿਆ ਸੀ ਸ਼ਾਇਦ ਕਦੋਂ ਕੋਈ ਵਿਅਕਤੀ ਉਹਦੇ ਵਿੱਚੋਂ ਨਿਕਲੂਗਾ ਤੇ ਇੱਕ ਚੰਗੀ ਖਬਰ ਸਾਡੇ ਤੱਕ ਆਊਗੀ ਕਿ ਫਤੇਹ ਵੀਰ ਬਾਹਰ ਆ ਗਿਆ ਉਸਦੇ ਸਾਥ ਚੱਲਦੇ ਨੇ ਉਹ ਸਹੀ ਸਲਾਮਤ ਹੈ ਪਰ ਅਜੀਹਾ ਨਹੀਂ ਹੁੰਦਾ ਫਤੇਹ ਵੀਰ ਬਾਹਰ ਨਹੀਂ ਕੱਢਿਆ ਜਾ ਸਕਿਆ ਉਸਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜੋ ਕਾਨੂੰਨੀ ਹਰਕਤ ਪ੍ਰਸ਼ਾਸਨ ਕਰਦਾ ਹੈ ਉਸਬ ਦੇ ਸਾਹਮਣੇ ਹੈ ਲੋਕਾਂ ਨੂੰ ਇਹ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਜਿਹੜੀ ਸਟਰੈਟਜੀ ਦੇ ਉੱਤੇ ਵਰਕ ਕੀਤਾ ਜਾ ਰਿਹਾ ਸੀ ਜਿਹੜਾ ਪੈਰਲਲ ਬੋਰ ਕੀਤਾ ਗਿਆ ਸੀ ਉਸ ਬੋਰ ਤੋਂ ਫਤੇ ਵੀਰ ਨੂੰ ਕੱਢਿਆ ਜਾ ਰਿਹਾ ਹੈ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਪਾਈਪਾਂ ਪਾ ਕੇ ਲੋਹੇ ਦੀਆਂ ਰਾਡਾਂ ਪਾ ਕੇ ਫਤੇ ਵੀਰ ਨੂੰ ਕੱਢਿਆ ਗਿਆ ਉਸੇ ਬੋਰ ਦੇ ਵਿੱਚੋਂ ਕੱਢਿਆ ਗਿਆ ਜਿਸ ਬੋਰ ਦੇ ਵਿੱਚ ਫਤੇ ਵੀਰ ਡਿੱਗਿਆ ਸੀ ਹੁਣ ਮੁੱਖ ਮੰਤਰੀ ਇਸ ਦੇ ਉੱਤੇ ਟਵੀਟ ਕਰਦੇ ਨੇ ਮੁੱਖ ਮੰਤਰੀ ਦਾ ਟਵੀਟ ਪਰਿਵਾਰ ਵਾਸਤੇ ਆਮ ਲੋਕਾਂ ਵਾਸਤੇ ਕਿੰਨਾ ਕੁ ਦਲਾਸਾ ਦੇਣ ਵਾਲਾ ਹੈ ਇਹ ਅਸੀਂ ਨਹੀਂ ਕਹਿ ਸਕਦੇ ਪਰ ਮੁੱਖ ਮੰਤਰੀ ਦੇ ਸਟ੍ਰੀਟ ਤੋਂ ਬਾਅਦ ਇੱਕ ਗੱਲ ਸਾਫ ਜ਼ਾਹਰ ਹੁੰਦੀ ਹੈ ਕਿ ਸਰਕਾਰ ਇਸ ਪੂਰੇ ਆਪਰੇਸ਼ਨ ਨੂੰ 6 ਦਿਨ ਬਹੁਤ ਹਲਕਾ ਲੈਂਦੀ ਰਹੀ ਸਰਕਾਰ ਇਸ ਪੂਰੇ ਆਪਰੇਸ਼ਨ ਨੂੰ ਬਹੁਤ ਲਾਈਟ ਲੈਂਦੀ ਰਹੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਕੋਈ ਜਵਾਬਦੇਹੀ ਨਾ ਹੋਣੀ ਔਰ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਇਹ ਬਿਆਨ ਦਿੰਦੇ ਆ ਕਿ ਬੋਰ ਖੁੱਲਾ ਜਿਸ ਨੇ ਛੱਡਿਆ ਉਸਤੇ ਪਰ ਦਰਜ ਹੋਣਾ ਚਾਹੀਦਾ ਹੈ ਬੋਰ ਉਸ ਪਰਿਵਾਰ ਨੇ ਕਰਵਾਇਆ ਆਪਣੀ ਜ਼ਮੀਨ ਦੇ ਵਿੱਚ ਕਰਵਾਇਆ ਢਾਣੀ ਚ ਰਹਿੰਦਾ ਉਹ ਪਰਿਵਾਰ ਸੀਗਾ ਔਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪਰਚਾ ਦਰਜ ਕੀਤਾ ਜਾਵੇ ਜਿਸ ਨੇ ਬੋਰ ਖੁੱਲਾ ਛੱਡਿਆ ਐ ਐਸੇ ਬਿਆਨ ਸਰਕਾਰ ਨੂੰ ਸ਼ਰਮਿੰਦਾ ਕਰਦੇ ਨੇ ਸ਼ਰਮਸਾਰ ਕਰਦੇ ਨੇ ਔਰ ਮੁੱਖ ਮੰਤਰੀ ਦਾ ਬਿਆਨ ਆਉਂਦਾ ਹੈ ਕਿ ਦੁੱਖ ਹੈ ਬੁਰੀ ਖਬਰ ਹੈ ਮੰਨ ਸਕਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਦੁੱਖ ਹੋ ਰਿਹਾ ਹੋਣਾ ਉਹ ਆਪ ਪਰਿਵਾਰ ਵਾਲੇ ਨੇ ਔਰ ਡੀਸੀ ਜਿੰਨੇ ਨੇ ਪੰਜਾਬ ਦੇ ਉਹਨਾਂ ਨੂੰ ਇਹ ਆਦੇਸ਼ ਦਿੱਤੇ ਗਏ ਕਿ ਬੋਰਵੈਲਾਂ ਦੀ ਰਿਪੋਰਟ ਤਿਆਰ ਕਰਕੇ ਦਿੱਤੀ ਜਾਵੇ ਕਿ ਕਿਹੜੇ ਖਾਲੀ ਬੋਰਵੈਲ ਨੇ ਔਰ ਖਾਲੀ ਬੋਰਵੈਲਾਂ ਦੀ ਰਿਪੋਰਟ ਜਿਹੜੀ ਉਹ ਦਿੱਤੀ ਜਾਵੇ ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ 6 ਦਿਨ ਸਰਕਾਰ ਸੁੱਤੀ ਕਿਉਂ ਰਹੀ ਬਾਕੀ ਦੇ ਬੋਰਵੈਲ ਬੰਦ ਹੋਣੇ ਚਾਹੀਦੇ ਆ ਜਿਹੜੇ ਖੁੱਲੇ ਨੇ ਹੋਰ ਕੋਈ ਜਾਣ ਨਾ ਜਾਵੇ ਇਸ ਗੱਲ ਦੀ ਗੰਭੀਰਤਾ ਮੁੱਖ ਮੰਤਰੀ ਦੀ ਇਹ ਜ਼ਰੂਰ ਸ਼ਲਾਘਾ ਯੋਗ ਹੈ ਪਰ ਇੱਕ ਸਵਾਲ ਸਰਕਾਰ ਤੇ ਉੱਠਦਾ ਹੈ ਕਿ ਡੀਸੀ ਸਾਹਿਬ ਐਨਡੀਆਰਐਫ ਦੀ ਟੀਮ ਇਹ ਕਿਉਂ ਨਾਕਾਮ ਹੋਏ ਨੇ ਸਾਡਾ ਸਿਸਟਮ ਕਿਉਂ ਨਾਕਾਮ ਹੋਇਆ ਇਸ ਗੱਲ ਦੀ ਜਵਾਬਦੇਹੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਆਖਰ ਕਿਉਂ ਇਹ ਫੇਲਿਅਰ ਹੋਇਆ ਹੈ ਮੌਤ ਦੇ ਉੱਤੇ ਦੁੱਖ ਸਾਂਝਾ ਕਰਨਾ ਔਰ ਹੋ ਸਕਦਾ ਹੈ ਕਿ ਕੋਈ ਵੱਡਾ ਮੰਤਰੀ ਸੰਤਰੀ ਜਿਹੜਾ ਉਹ ਫਤੇਹ ਵੀਰ ਦੇ ਸੰਸਕਾਰ ਤੇ ਪਹੁੰਚੇ ਉੱਥੇ ਜਾਣ ਪਰਿਵਾਰ ਦੇ ਕੋਲ ਬੈਠਣ ਹੋ ਸਕਦਾ ਹੈ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਵੀ ਪੇਸ਼ਕਸ਼ ਕੀਤੀ ਜਾਵੇ ਪਰ ਫਤੇ ਵੀਰ ਨੇ ਮੋੜ ਨਹੀਂ ਆਉਣਾ ਫਤੇ ਵੀਰ ਦੁਬਾਰਾ ਨਹੀਂ ਆਉਣਾ ਉਸਮਾਨ ਦੇ ਲਾਲ ਨੇ ਨਹੀਂ ਆਉਣਾ ਜਿਸ ਨੇ ਵਿਆਹ ਤੇ 6 ਸਾਲਾਂ ਬਾਅਦ ਅਰਦਾਸਾਂ ਕਰ ਕਰਕੇ ਫਤੇ ਵੀਰ ਨੂੰ ਪਰਮਾਤਮਾ ਤੋਂ ਲਿਆ ਸੀ ਉਸ ਦਾ ਜਨਮ ਹੋਇਆ ਸੀ ਪਰਿਵਾਰ ਜਿਹੜਾ ਉਹ ਆਸਾਂ ਲੈ ਕੇ ਕਿ ਇੱਕ ਪੁੱਤ ਜਦੋਂ ਘਰ ਦੇ ਵਿੱਚ ਜਨਮ ਲੈਂਦਾ ਤਾਂ ਕਿੰਨੀਆਂ ਆਸਾਂ ਹੁੰਦੀਆਂ 2 ਸਾਲ ਦਾ ਬੱਚਾ ਆਪਣੇ ਜਨਮ ਦਿਨ ਤੋਂ ਅਗਲੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹਾਲਾਂਕਿ ਪੋਸਟਮਾਰਟਮ ਦੀ ਰਿਪੋਰਟ ਕੁਝ ਦੇਰ ਦੇ ਵਿੱਚ ਸਾਂਝੀ ਹੋ ਜਾਣੀ ਹੈ ਕਿ ਫਤੇ ਵੀਰ ਦੀ ਮੌਤ ਕਿੰਨੀ ਦੇਰ ਪਹਿਲਾਂ ਹੋ ਗਈ ਸੀ ਜਿਸ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਰਿਹਾ ਸਿਰਫ ਅੰਦਾਜ਼ਾ ਹੈ ਹਲੇ ਤੱਕ ਕਿ ਫਤੇਵੀਰ ਤਕਰੀਬਨ 3 ਦਿਨ ਪਹਿਲਾਂ ਫਤੇਵੀਰ ਦੀ ਮੌਤ ਹੋ ਗਈ ਸੀ ਜੇਕਰ ਇਸ ਤਰ੍ਹਾਂ ਵੀ ਹੋਇਆ ਤਾਂ ਕਟੁਕਟ 3 ਦਿਨ 3 ਦਿਨ ਦਾ ਸਮਾਂ ਪ੍ਰਸ਼ਾਸਨ ਕੋਲੇ ਸੀਗਾ ਕਿ ਫਤੇਵੀਰ ਨੂੰ ਬਚਾਇਆ ਜਾ ਸਕਦਾ ਸੀ ਅਸੀਂ ਇਸ ਤੋਂ ਪਹਿਲਾਂ ਹੁੰਦੇ ਦੇਖੇ ਨੇ ਐਸੇ ਮਿਰਕਲਸ ਅਸੀਂ ਹਰਿਆਣੇ ਦੇ ਵਿੱਚ ਪ੍ਰਿੰਸ ਜਦੋਂ ਡਿੱਗਿਆ ਸੀ ਉਦੋਂ ਫੌਜ ਨੇ ਉਸ ਨੂੰ ਕਿਸ ਤਰ੍ਹਾਂ ਕੱਢਿਆ ਸੀ ਅਸੀਂ ਉਹ ਦੇਖਿਆ ਸੀ ਗੁਜਰਾਤ ਦੇ ਵਿੱਚ ਇੱਕ ਬੋਰਵੈਲ ਦੇ ਵਿੱਚ ਬੱਚਾ ਡਿੱਗਿਆ ਅਸੀਂ ਉਹਨੂੰ ਕੱਢਦੇ ਦੇਖਿਆ ਐਨਡੀਆਰਐਫ ਦੇ ਉੱਤੇ ਬਿਆਨ ਵਿਜੇਂਦਰ ਸਿੰਘਲਾ ਦਾ ਆਇਆ ਤੁਹਾਡੇ ਯਾਦ ਹੋਣਾ ਕਿ 40 ਤੋਂ 60 ਫੁੱਟ ਤੋਂ ਥੱਲੇ ਤੱਕ ਦੀ ਡੂੰਘਾਈ ਦਾ ਆਪਰੇਸ਼ਨ ਕਦੇ ਐਨਡੀਆਰਐਫ ਨੇ ਨਹੀਂ ਕੀਤਾ ਜੇਕਰ ਨਹੀਂ ਕੀਤਾ ਤਾਂ ਦੇਸ਼ ਦੀ ਹੋਰ ਕਿਸੇ ਏਜੰਸੀ ਨੂੰ ਕਿਉਂ ਨਹੀਂ ਬੁਲਾਇਆ ਗਿਆ ਆਰਮੀ ਨੂੰ ਉਸੇ ਦਿਨ ਕਿਉਂ ਨਹੀਂ ਬੁਲਾਇਆ ਗਿਆ ਜਿਸ ਤਰੀਕੇ ਦੇ ਨਾਲ ਹੁਣ ਕੱਢਿਆ ਗਿਆ ਇਸ ਦਾ ਜਵਾਬ ਦਿੱਤਾ ਜਾਵੇ ਕਿ ਕਿੱਥੇ ਹਾਲੇ ਤੱਕ ਵੀ 6 ਦਿਨ ਬਾਅਦ ਵੀ ਉਹ ਟਨਲ ਕਿਉਂ ਨਹੀਂ ਬਣ ਸਕੀ ਕਿ ਉਹ ਫਤਿਹਵੀਰ ਤੱਕ ਪਹੁੰਚ ਸਕਦੀ ਪੈਰਲਲ ਜਿਹੜਾ ਬੋਰ ਕੀਤਾ ਗਿਆ ਸੀ ਉਸ ਬੋਰ ਦੀ ਸਾਲ ਕਿਉਂ ਨਹੀਂ ਹੋਈ ਉਹਦੀ ਡਿਗਰੀ ਕਿਉਂ ਨਹੀਂ ਮਾਪੀ ਗਈ ਉਹਦਾ ਬਕਾਇਦਾ ਜਿਹੜਾ ਉਹਦੀ ਸਾਲ ਹੁੰਦੀ ਤਾਂ ਪੈਰਲਲ ਬੋਰ ਹੁੰਦਾ ਪਰ ਜਿਸ ਤਰ੍ਹਾਂ ਸਥਾਨਕ ਲੋਕ ਦੱਸ ਰਹੇ ਸੀ ਜੋ ਅਕਸਰ ਬੋਰ ਕਰਦੇ ਨੇ ਇੱਕ ਦੋ ਕੰਪਨੀਆਂ ਜੋ ਬੋਰ ਕਰਦੀਆਂ ਉਹਨਾਂ ਕੰਪਨੀਆਂ ਦੇ ਮੁਲਾਜ਼ਮ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਦੱਸਿਆ ਕਿ ਥੱਲੋਂ ਜਦੋਂ ਬੋਰ ਹੋਇਆ ਬਿਨਾਂ ਸਾਲ ਤੋਂ ਬੋਰ ਹੋਇਆ ਤਾਂ ਬੋਰ ਜਿਹੜਾ ਨਵਾਂ ਕੀਤਾ ਗਿਆ ਉਹ ਥੱਲੋਂ ਟੇਡਾ ਹੁੰਦਾ ਗਿਆ ਤੇ ਜਦੋਂ ਤੱਕ ਫਤਿਹਵੀਰ ਤੱਕ ਪਹੁੰਚਣਾ ਸੀ ਉਹਦੀ ਚੌੜਾਈ 2.5 ਫੁੱਟ ਦੀ بجائے ਕਈ ਫੁੱਟ ਹੋ ਗਈ ਔਰ ਸ਼ੁਰੂਆਤ ਦੇ ਵਿੱਚ ਤਾਂ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਵਿੰਡੋ ਬਣਾਈ ਗਈ ਔਰ ਕਿੰਨੀ ਦੇਰ ਤੱਕ ਉਹ ਖਦਾਈ ਕਰਦੇ ਰਹੇ ਬਾਦ ਦੇ ਵਿੱਚ ਇਸ ਗੱਲ ਦੀ ਸਮਝ ਪਈ ਕਿ ਉਹ ਆਪੋਜ਼ਿਟ ਡਾਇਰੈਕਸ਼ਨ ਚ ਜਾ ਰਿਹਾ ਹੈ ਤਾਂ ਇਕੁਪਮੈਂਟਸ ਕਿੱਥੇ ਸੀਗੇ ਜੇਕਰ ਨਹੀਂ ਸੀਗੇ ਤਾਂ ਦੇਸ਼ ਦੇ ਜੀਓਲੋਜੀਕਲ ਡਿਪਾਰਟਮੈਂਟ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ ਕੇਂਦਰ ਸਰਕਾਰ ਦੀ ਮਦਦ ਕਿਉਂ ਨਹੀਂ ਲਈ ਗਈ ਇਸ ਦੇ ਵਿੱਚ ਡੀਸੀ ਇਸ ਗੱਲ ਦੀ ਜਵਾਬ ਦੇ ਕਿਉਂ ਨਹੀਂ ਦੇ ਰਹੀ ਡੀਸੀ ਨੂੰ ਅੱਜ ਸਵੇਰੇ ਜਦੋਂ ਫਤੇ ਵੀਰ ਨੂੰ ਉੱਥੋਂ ਰੈਸਕਿਊ ਕੀਤਾ ਗਿਆ ਉਸ ਤੋਂ ਬਾਅਦ ਡੀਸੀ ਨੂੰ ਇਹ ਸਵਾਲ ਕੀਤਾ ਪੱਤਰਕਾਰਾਂ ਨੇ ਕਿ ਡੀਸੀ ਸਾਹਿਬ ਇਸ ਗੱਲ ਦਾ ਜਵਾਬ ਦਿਓ ਤਾਂ ਡੀਸੀ ਇਹਨਾਂ ਸਾਰੇ ਤਮਾਮ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ ਡੀਸੀ ਨੇ ਇੱਥੋਂ ਤੱਕ ਕਿਹਾ ਕਿ 에어 ਐਮਬੂਲੈਂਸ ਜੇ ਬੁਲਾਈ ਗਈ ਉਹਦਾ ਡਰਾਮਾ ਕਿਉਂ ਕੀਤਾ ਗਿਆ ਇਹ ਵੀ ਵੱਡਾ ਸਵਾਲ ਸੀ ਕਿ ਹੈਲੀਕਾਪਟਰ ਉੱਥੇ ਲਿਆ ਕੇ ਖੜਾ ਕਰ ਦਿੱਤਾ ਗਿਆ ਔਰ ਬਾਅਦ ਦੇ ਵਿੱਚ ਫਤੇਵੀਰ ਨੂੰ ਲਿਫਟ ਕੀਤਾ ਲਿਫਟ ਕਰਨ ਦੀ ਬਜਾਏ ਐਮਬੂਲੈਂਸ ਤੋਂ ਲਜਾਇਆ ਗਿਆ ਪਰ ਦੇਰੀ ਬਹੁਤ ਹੋ ਚੁੱਕੀ ਸੀਗੀ ਸਰਕਾਰ ਦੀ ਮਨਸ਼ਾ ਤੇ ਸਵਾਲ ਕਰ ਰਹੇ ਹਾਂ ਅਸੀਂ ਕਿ ਮਨਸ਼ਾ ਕੀ ਸੀਗੀ ਡੀਸੀ ਸਾਹਿਬ ਦਾ ਜਵਾਬ ਇਹ ਸੀ ਕਿ 5:00 ਵਜੇ 50 ਮਿੰਟ ਤੋਂ ਪਹਿਲਾਂ ਹਵਾਈ ਉਡਾਨ ਹੈਲੀਕਾਪਟਰ ਨਹੀਂ ਲੈ ਸਕਦਾ ਕੀ ਐਸੇ ਰੈਸਕਿਊ ਆਪਰੇਸ਼ਨ ਦੇ ਵਿੱਚ ਜਦੋਂ ਇੱਕ ਜਾਨ ਬਚਾਣੀ ਸੀ ਤਾਂ ਸਮਾਂ ਦੇਖਣਾ ਲਾਜ਼ਮੀ ਸੀਗਾ ਕਿ ਇਹਦੀ ਖਾਸ ਪਰਮਿਸ਼ਨ ਨਹੀਂ ਲੈ ਜਾਣੀ ਲੈਣੀ ਚਾਹੀਦੀ ਸੀ ਜੇਕਰ ਨਹੀਂ ਪਰਮਿਸ਼ਨ ਸੀ ਤਾਂ ਫਿਰ ਸਰਕਾਰ ਨੇ ਡਰਾਮਾ ਕਿਉਂ ਕੀਤਾ ਉੱਥੇ ਕਿਉਂ ਹੈਲੀਪੈਡ ਬਣਾ ਕੇ ਹੈਲੀਕਾਪਟਰ ਖੜਾ ਕੀਤਾ ਇਹ तमाम ਸਵਾਲਾਂ ਦੇ ਜਵਾਬ ਸਰਕਾਰ ਨੂੰ ਦੇਣੇ ਪੈਣਗੇ ਜਿਸ ਤਰੀਕੇ ਦੇ ਨਾਲ ਉਸ ਬੋਰਚੋਂ ਫਤੇ ਵੀਰ ਨੂੰ ਕੱਢਿਆ ਗਿਆ ਤਾਂ ਉਹ ਤਿੰਨ ਦਿਨ ਪਹਿਲਾਂ ਤਰੀਕਾ ਕਿਉਂ ਨਹੀਂ ਅਪਣਾਇਆ ਗਿਆ ਹਾਲਾਂਕਿ ਉਹ ਅਣਮਨੁੱਖੀ ਤਰੀਕਾ ਸੀ ਉਸ ਦੇ ਨਾਲ ਉਸ ਦੇ ਸਰੀਰ ਦਾ ਕੋਈ ਵੀ ਅੰਗ ਕੁੱਟ ਸਕਦਾ ਸੀ ਔਰ ਭਗਵੰਤ ਮਾਨ ਨੇ ਇੱਕ ਸਟੇਟਮੈਂਟ ਵੀ ਦਿੱਤੀ ਕਿ ਹੋ ਸਕਦਾ ਹੈ ਕਿ ਸ਼ਾਇਦ ਬੋਰਚ ਹਾਲੇ ਵੀ ਕੰਪਲੀਟ ਫਤਿਹਵੀਰ ਦਾ ਜਿਹੜਾ ਮ੍ਰਿਤਕ ਦੇ ਹੈ ਉਹ ਪੋਸਟਮਾਰਟਮ ਤੋਂ ਬਾਅਦ ਪਤਾ ਚੱਲੂਗੀ ਹੈ ਵੀ ਆ ਨਹੀਂ ਆ ਉਹਦੇ ਵਿੱਚ ਬੋਰਚ ਹਾਲੇ ਵੀ ਕੋਈ ਸਰੀਰ ਦਾ ਹਿੱਸਾ ਹੈ ਸਾਰੇ ਸਵਾਲ ਨੇ ਮੁੱਖ ਮੰਤਰੀ ਟਵੀਟ ਕਰਦੇ ਆ ਮੌਤ ਤੇ ਦੁੱਖ ਜ਼ਰੂਰ ਜਤਾਉਂਦੇ ਆ ਪਰ ਇਸ ਤੋਂ ਬਾਅਦ ਵੱਡਾ ਸਵਾਲ ਹੈ ਕਿ ਕੀ ਸਰਕਾਰ ਦੇ ਮੰਤਰੀ ਔਰ ਸਰਕਾਰ ਮੁੱਖ ਮੰਤਰੀ ਸਾਹਿਬ ਆਪ ਇਸ ਗੱਲ ਦੀ ਜ਼ਿੰਮੇਵਾਰੀ ਲੈਣਗੇ ਕੀ ਗਲਤੀ ਹੋਈ ਔਰ ਅੱਗੇ ਤੋਂ ਐਸਾ ਕੁਝ ਨਾ ਹੋਵੇ ਉਹਦੇ ਲਈ ਆਪਣੀ ਜ਼ਿੰਮੇਵਾਰੀ ਤੈਅ ਕਰਨ ਡੀਸੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਦੇਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿ ਦੇਰੀ ਕਿਉਂ ਹੁੰਦੀ ਹੈ ਵਿਜੇਂਦਰ ਸਿੰਘਲਾ ਰਾਤ ਦੇ 2:30 ਵਜੇ ਤੱਕ ਉਸੇ ਮੌਕੇ ਤੇ ਬੈਠਦੇ ਆ 5:10 ਤੇ ਫਤੇ ਨੂੰ ਬਾਹਰ ਕੱਢਿਆ ਜਾਂਦਾ ਪੌਣੇ 3 ਵਜੇ ਵਿਜੇਂਦਰ ਸਿੰਘਲਾ ਉੱਥੋਂ ਖਿਸਕ ਜਾਂਦੇ ਆ ਕਿਉਂ ਖਿਸਕੇ ਇਸ ਗੱਲ ਦਾ ਜਵਾਬ ਵਿਜੇਂਦਰ ਸਿੰਘਲਾ ਨੂੰ ਦੇਣਾ ਪਊਗਾ ਲੋਕ ਉੱਥੇ ਸੀਗੇ ਪੰਜ-ਪੰਜ ਦਿਨਾਂ ਤੋਂ ਸੁੱਤੇ ਨਹੀਂ মিডিਆ ਪੰਜ ਦਿਨਾਂ ਤੋਂ ਸੁੱਤਾ ਨਹੀਂ ਮਾਪਿਓ ਪੰਜ ਦਿਨਾਂ ਤੋਂ ਸੁੱਤੇ ਨਹੀਂ ਐਨਡੀਆਰਐਫ ਪੰਜ ਦਿਨਾਂ ਤੋਂ ਸੁੱਤੀ ਨਹੀਂ ਕਿ ਵਿਜੇਂਦਰ ਸਿੰਘਲਾ ਨੂੰ ਨੀਂਦ ਇੰਨੀ ਪਿਆਰੀ ਸੀ ਕਿ ਉਹ ਉਸੇ ਵੇਲੇ ਉੱਥੋਂ ਖਿਸਕ ਗਏ ਇਹ ਸਾਰੀਆਂ ਗੱਲਾਂ ਦੇ ਜਵਾਬ ਸਰਕਾਰ ਨੂੰ ਦੇਣੇ ਪੈਣਗੇ ਲੋਕ ਜਵਾਬ ਮੰਗਦੇ ਆ ਫਤੇ ਵੀਰ ਸਿਰਫ ਉਸ ਪਰਿਵਾਰ ਦਾ ਇੱਕ ਕਿਸਾਨ ਦਾ ਬੱਚਾ ਨਹੀਂ ਸੀ ਫਤੇ ਵੀਰ ਨੇ ਪੂਰੀ ਦੁਨੀਆ ਦੀ ਹਮਦਰਦੀ ਪਿਆਰ ਜੁੜਿਆ ਹੋਇਆ ਸੀ ਔਰ ਅੱਜ ਉਸ ਦੀ ਮੌਤ ਤੇ ਹਰੇਕ ਅੱਖ ਨਮ ਹੈ ਡੇਲੀ ਪੋਸਟ ਉਸ ਪਰਿਵਾਰ ਦੇ ਨਾਲ ਹਮਦਰਦੀ ਜਤਾਉਂਦਾ ਹੈ ਡੇਲੀ ਪੋਸਟ ਉਸ ਪਰਿਵਾਰ ਦੇ ਨਾਲ ਆਪਣਾ ਉਹਨਾਂ ਦਾ ਦਰਦ ਵੰਡਾਉਂਦਾ ਹੈ ਇਸ ਘੜੀ ਦੇ ਵਿੱਚ ਅਸੀਂ ਹਰ ਇੱਕ ਵਿਅਕਤੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਪਰਿਵਾਰ ਦੇ ਨਾਲ ਖੜੀਏ ਫਤੇਵੀਰ ਚਲਾ ਗਿਆ ਉਸ ਦੀਆਂ ਯਾਦਾਂ ਹਮੇਸ਼ਾ ਨਾਲ ਰਹਿਣਗੀਆਂ ਔਰ ਅੱਗੇ ਤੋਂ ਕੋਈ ਫਤੇਵੀਰ ਨਾ ਹੋਵੇ ਅੱਗੇ ਤੋਂ ਬੋਰਵੈਲ ਦੇ ਵਿੱਚ ਕੋਈ ਬੱਚਾ ਨਾ ਡਿੱਗੇ ਇਸ ਗੱਲ ਦਾ ਧਿਆਨ ਸਰਕਾਰ ਨੂੰ ਰੱਖਣਾ ਪਊਗਾ ਜ਼ਿੰਮੇਵਾਰੀ ਲੈਣੀ ਪਊ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਪੂਰੀ ਘਟਨਾ ਤੇ ਅਸੀਂ ਬਣੇ ਰਹੇ ਆਂ ਡੇਲੀ ਪੋਸਟ ਨੇ ਪਲ-ਪਲ ਦੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਇੱਕ-ਇੱਕ ਮਿੰਟ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਂਦੇ ਰਹੇ ਆਂ ਅੱਗੇ ਵੀ ਹੁਣ ਇਸ ਮਾਮਲੇ ਦੇ ਉੱਤੇ ਜੋ ਵੀ ਘਟਨਾਕ੍ਰਮ ਹੈ ਜਿਸ ਤਰ੍ਹਾਂ ਦੀ ਵੀ ਅੱਗੇ ਕਾਰਗੁਜ਼ਾਰੀ ਰਹੂਗੀ ਔਰ ਸਰਕਾਰ ਨੂੰ ਵੀ ਸਵਾਲ ਅਸੀਂ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ